ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਆਪਾਂ ਵੀ ਬਹੁਤ ਘੈਂਟ ਹਾਂ। ਇੰਨੇ ਟਾਈਮ ਬਾਅਦ ਇੱਕ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਸਕੈਮ ਚੱਲ ਰਹੇ ਆ ਇੰਡੀਆ ਤੋਂ, ਪਾਕਿਸਤਾਨ ਤੋਂ ਜਾਂ ਅਦਰ ਕੰਟਰੀਜ਼ ਤੋਂ ਵੀ, ਏਜੰਟ ਕਿੱਦਾਂ ਲੋਕਾਂ ਨੂੰ ਬੇਵਕੂਫ ਬਣਾ ਕੇ ਪੋਲੈਂਡ ਵਰਕ ਪਰਮਿਟ ਦੇ ਨਾਂ 'ਤੇ ਪੈਸੇ ਠੱਗੇ ਜਾ ਰਹੇ ਆ, ਤਾਂ ਆਪਾਂ ਅੱਜ ਉਸ ਚੀਜ਼ ਦੀ ਗੱਲ ਕਰਾਂਗੇ। ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਤੁਹਾਡੇ ਨੌਲੇਜ ਦੀ ਗੱਲ ਹੈ, ਤੁਹਾਡੇ ਕੰਮਾਂ ਦੀ ਆਉਣ ਵਾਲੀ ਗੱਲ ਹੈ, ਤਾਂ ਕਿ ਤੁਸੀਂ ਇਸ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕੋ। ਤਾਂ ਕਰਦੇ ਹਾਂ ਵੀਡੀਓ ਦੀ ਸਟਾਰਟਿੰਗ। ਵੀਡੀਓ ਦੇ ਵਿੱਚ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਕੈਂਡੀਡੇਟਸ ਦੀ ਜਿਹੜੇ ਕਿ ਪੋਲੈਂਡ ਦਾ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਆ। ਕਿ ਜੇ ਤੁਸੀਂ ਪੋਲੈਂਡ ਦਾ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਉਸਦੇ ਟੋਟਲ ਪ੍ਰੋਸੈਸ ਦਾ ਪਤਾ ਹੋਣਾ ਚਾਹੀਦਾ ਕਿ ਐਂਡ ਤੋਂ ਲੈ ਕੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤੁਹਾਡਾ ਪ੍ਰੋਸੈਸ ਕਿੰਨੇ ਟਾਈਮ ਦਾ, ਕੀ ਵਿੱਚ ਪ੍ਰੋਸੈਸ ਸਟੈਪ ਹੋਣਗੇ, ਠੀਕ ਹੈ, ਔਰ ਕਿਸ ਤਰ੍ਹਾਂ ਇਹ ਤੁਹਾਡਾ ਪ੍ਰੋਸੈਸ ਜਿਹੜਾ ਆ ਵੀਜ਼ੇ ਦੇ ਵਿੱਚ ਕਨਵਰਟ ਹੋਊਗਾ। ਜਿਸ ਹਿਸਾਬ ਨਾਲ ਤੁਹਾਨੂੰ ਪਤਾ ਹੋਊਗਾ, ਤੁਹਾਡਾ ਮਾਇੰਡ ਸੈੱਟ ਹੋਊਗਾ ਕਿ ਹਾਂ ਮੇਰਾ ਇਹ ਪ੍ਰੋਸੈਸ ਜਿਹੜਾ ਹੈਗਾ ਇੰਨੇ ਟਾਈਮ ਦਾ ਆ। ਪੋਲੈਂਡ ਵਰਕ ਪਰਮਿਟ ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਟੋਟਲ 3 ਤੋਂ 4 ਮਹੀਨੇ ਜਿਹੜੇ ਉਹ ਲੱਗ ਜਾਂਦੇ ਆ। ਮੈਂ ਪਹਿਲਾਂ ਵੀ ਆਪਣੀ ਕਈ ਵੀਡੀਓਜ਼ ਦੇ ਵਿੱਚ ਇਨਫੋਰਮ ਕੀਤਾ ਹੋਇਆ, ਜੈਨੂਅਨ ਜਿਹੜਾ ਪ੍ਰੋਸੈਸ ਹੈ ਉਹਨੂੰ 3 ਤੋਂ 4 ਮਹੀਨੇ ਲੱਗ ਜਾਂਦੇ ਆ। ਕਿਉਂਕਿ ਕਾਫੀ ਬੰਦਿਆਂ ਦੇ ਨਾਲ ਇੱਦਾਂ ਵੀ ਹੋਇਆ ਆ ਕਿ ਪ੍ਰੋਸੈਸ ਸਟਾਰਟ ਕਰਨ ਤੋਂ 15 ਤੋਂ 20 ਦਿਨਾਂ ਦੇ ਬਾਅਦ ਏਜੰਟਾਂ ਵੱਲੋਂ ਉਹਨਾਂ ਨੂੰ ਵਰਕ ਪਰਮਿਟ ਦੇ ਕੰਟਰੈਕਟ ਭੇਜੇ ਜਾਂਦੇ ਆ। ਕੰਟਰੈਕਟ ਭੇਜੇ ਜਾਂਦੇ ਆ ਜਿਹੜਾ, ਉਹ ਕੰਟਰੈਕਟ ਤੋਂ ਬਾਅਦ ਉਹਨਾਂ ਤੋਂ ਪੈਸੇ ਲੈ ਲਏ ਜਾਂਦੇ ਆ। ਤਾਂ ਅੱਜ ਜਿਹੜੀ ਆ ਵੀਡੀਓ ਬਣਾਉਣ ਦਾ ਮੇਰਾ ਮਕਸਦ ਹੈ ਉਹ ਸਕੈਮ ਦੀ, ਜੇ ਆਪਾਂ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਸਕੈਮ ਚੱਲ ਕੀ ਰਿਹਾ ਆ। ਉਹ ਸਕੈਮ ਇਹ ਚੱਲ ਰਿਹਾ ਕਿ ਜਿਹੜੇ ਵਰਕ ਪਰਮਿਟ ਦੇ ਕੰਟਰੈਕਟ ਹੈ, ਕੰਟਰੈਕਟ ਨੂੰ ਵਰਕ ਪਰਮਿਟ ਕਹਿ ਕੇ ਵੇਚਿਆ ਜਾ ਰਿਹਾ। ਇਹ ਕਾਫੀ ਬੰਦਿਆਂ ਨਾਲ ਹੋ ਚੁੱਕਿਆ ਆ, ਜੋ ਇਨਫੋਰਮੇਸ਼ਨ ਮੇਰੇ ਕੋਲ ਆਈ ਹੈ ਕਾਫੀ ਬੰਦਿਆਂ ਨਾਲ ਇਹ ਚੀਜ਼ ਹੋਈ ਹੈ ਕਿ 15 ਤੋਂ 20 ਦਿਨਾਂ ਬਾਅਦ ਪ੍ਰੋਸੈਸ ਸਟਾਰਟ ਹੋਇਆ। 15 ਤੋਂ 20 ਦਿਨਾਂ ਦੇ ਬਾਅਦ ਏਜੰਟਾਂ ਵੱਲੋਂ ਕਿਹਾ ਗਿਆ ਕਿ ਤੁਹਾਡਾ ਵਰਕ ਪਰਮਿਟ ਆ ਗਿਆ ਜੀ, ਆ ਜਾਓ ਆਫਿਸ, ਤੁਸੀਂ ਆਪਣਾ ਪੇਮੈਂਟ ਪੇ ਕਰੋ। ਤਾਂ ਉਹਨਾਂ ਕਿਸੇ ਤੋਂ 1.5 ਲੱਖ ਰੁਪਈਆ, ਕਿਸੇ ਤੋਂ 2 ਲੱਖ ਰੁਪਈਆ, ਇਸ ਤਰ੍ਹਾਂ ਪੇਮੈਂਟਾਂ ਏਜੰਟਾਂ ਵੱਲੋਂ ਚਾਰਜ ਕੀਤੀਆਂ ਗਈਆਂ। ਵਰਕ ਪਰਮਿਟ ਨੂੰ ਕੰਟਰੈਕਟ ਕਹਿ ਕੇ ਨਹੀਂ, ਵਰਕ ਪਰਮਿਟ ਦਾ ਜਿਹੜਾ ਕੰਟਰੈਕਟ ਆ ਰਿਹਾ ਉਹਨੂੰ ਵਰਕ ਪਰਮਿਟ ਕਹਿ ਕੇ ਵੇਚਿਆ ਜਾ ਰਿਹਾ, ਅਤੇ ਉਸ ਤੋਂ ਬਾਅਦ ਉਹ ਪੇਮੈਂਟ ਲਈ ਜਾ ਰਹੀ ਆ। ਕਲਾਇੰਟ ਦੇ ਮਨ ਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਸੀਂ ਉਹਨੂੰ ਕਹਿ ਦਿੱਤਾ ਕਿ ਤੁਹਾਡਾ ਪੋਲੈਂਡ ਤੋਂ ਵਰਕ ਪਰਮਿਟ ਆ ਗਿਆ, ਕਲਾਇੰਟ ਦੇ ਮਨ ਦੇ ਵਿੱਚ ਵਰਕ ਪਰਮਿਟ ਦਾ ਮਤਲਬ ਹੁੰਦਾ ਕਿ ਮੇਰਾ ਵੀਜ਼ਾ ਆ ਗਿਆ। ਤਾਂ ਕਲਾਇੰਟ ਉਹਨਾਂ ਨੂੰ ਉਹ ਪੈਸੇ ਦੇ ਦਿੰਦਾ ਕਿ ਹੁਣ ਤਾਂ ਬਸ ਵੀਜ਼ਾ ਉੱਧਰੋਂ ਅਪਰੂਵ ਹੋ ਕੇ ਆ ਗਿਆ ਆ, ਅਤੇ ਮੈਨੂੰ ਬਸ ਇੱਥੋਂ ਹੁਣ ਸਿਰਫ ਫਾਈਲ ਅੰਬੈਸੀ ਜਮ੍ਹਾਂ ਕਰਾਉਣੀ ਆ, ਉਹਨਾਂ ਨੇ ਅੰਬੈਸੀ ਵਾਲਿਆਂ ਨੇ ਮੇਰਾ ਵੀਜ਼ਾ ਪਾਸਪੋਰਟ 'ਤੇ ਸਟਿੱਕਰ ਦੇਣਾ ਹੀ ਦੇਣਾ। ਇਹ ਕਲਾਇੰਟ ਦੇ ਮਨ ਦੇ ਵਿੱਚ ਚੱਲਦਾ, ਨਾ ਕਲਾਇੰਟ ਏਜੰਟ ਨੂੰ ਪ੍ਰੋਪਰ ਸਵਾਲ ਕਰ ਪਾਉਂਦਾ, ਨਾ ਏਜੰਟ ਜਿਹੜਾ ਆ ਉਹ ਕਲਾਇੰਟ ਨੂੰ ਪ੍ਰੋਪਰ ਇਨਫੋਰਮੇਸ਼ਨ ਦੇ ਰਿਹਾ, ਜਿਸ ਕਰਕੇ ਇਹ ਸਕੈਮ ਜਿਹੜਾ ਆ ਹੋ ਰਿਹਾ ਆ ਮਾਰਕੀਟ ਦੇ ਵਿੱਚ, ਜਿਹਦਾ ਸ਼ਿਕਾਰ ਕਾਫੀ ਬੰਦੇ ਜਿਹੜੇ ਉਹ ਹੋ ਚੁੱਕੇ ਆ। ਜੇ ਤੁਹਾਡਾ ਏਜੰਟ ਤੁਹਾਨੂੰ ਕਹਿ ਰਿਹਾ, ਤੁਹਾਡਾ ਕਿਤੇ ਪ੍ਰੋਸੈਸ ਲੱਗਾ ਹੋਇਆ, ਜੇ ਤੁਹਾਡਾ ਏਜੰਟ ਤੁਹਾਨੂੰ ਕਹਿ ਰਿਹਾ ਕਿ ਤੁਹਾਡਾ ਵਰਕ ਪਰਮਿਟ ਆ ਗਿਆ ਜੀ, ਤਾਂ ਉਹਨੂੰ ਇਹ ਚੀਜ਼ ਜ਼ਰੂਰ ਕਲੀਅਰ ਕਰੋ ਕਿ ਇਹ ਮੇਰਾ ਵਰਕ ਪਰਮਿਟ ਕੰਟਰੈਕਟ ਆਇਆ ਜਾਂ ਮੇਰਾ ਵਰਕ ਪਰਮਿਟ ਆਇਆ। ਵਰਕ ਪਰਮਿਟ ਤਾਂ ਤੁਹਾਨੂੰ ਵੀਜ਼ਾ ਕੰਟਰੈਕਟ ਆਉਣਾ ਕੋਈ ਵੱਡੀ ਗੱਲ ਨਹੀਂ ਹੈ, ਕੰਟਰੈਕਟ ਇੱਥੋਂ ਛੋਟੀ ਤੋਂ ਛੋਟੀ ਕੰਪਨੀ ਵੀ ਤੁਹਾਨੂੰ ਈਜ਼ੀਲੀ ਵਰਕ ਪਰਮਿਟ ਕੰਟਰੈਕਟ ਜਿਹੜੀਆਂ ਮਿਲ ਜਾਂਦੀਆਂ, ਠੀਕ ਹੈ, ਕੰਪਨੀਆਂ ਉਹ ਦੇ ਦਿੰਦੀਆਂ ਵਰਕ ਪਰਮਿਟ ਕੰਟਰੈਕਟ ਜਿਹੜੀ ਆ ਉਹ ਇਸ਼ੂ ਕਰ ਦਿੰਦੀਆਂ। ਮੇਨ, ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਕੀ ਹੈ, ਤੁਹਾਡਾ ਵੀਜ਼ਾ। ਵਰਕ ਪਰਮਿਟ ਕੰਟਰੈਕਟ ਆ ਗਿਆ ਬਟ ਤੁਹਾਡਾ ਵੀਜ਼ਾ ਨਾ ਆਇਆ ਤਾਂ ਫਿਰ ਉਸ ਚੀਜ਼ ਦਾ ਕੋਈ ਫਾਇਦਾ ਹੀ ਨਹੀਂ ਹੈਗਾ। ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਤੁਹਾਡਾ ਵੀਜ਼ਾ ਆ, ਠੀਕ ਹੈ। ਆਪਣੇ ਵੀਜ਼ੇ ਤੱਕ ਦਾ ਪ੍ਰੋਸੈਸ ਨੂੰ ਪ੍ਰੋਪਰ ਆਪਣੀ ਗਾਈਡੈਂਸ ਦੇ ਨਾਲ, ਪ੍ਰੋਪਰ ਆਪਣੀ ਇਨਫੋਰਮੇਸ਼ਨ ਦੇ ਨਾਲ ਉਹ ਚੀਜ਼ ਦੇਖੋ। ਇਹ ਚੀਜ਼ ਮੈਂ ਕਲਾਇੰਟ ਨੂੰ ਕਹਿ ਰਿਹਾ ਕਿਉਂਕਿ ਏਜੰਟਾਂ ਦਾ ਕੰਮ ਹੈ। ਏਜੰਟ, ਕੁਛ ਏਜੰਟ ਜਿਹੜੇ ਆ ਉਹ ਜੈਨੂਨ ਕੰਮ ਕਰਦੇ ਆ, ਪ੍ਰੋਸੈਸ ਜੈਨੂਨ ਕਰਦੇ ਆ, ਜੈਨੂਨ ਫੀਸਾਂ ਲੈਂਦੇ ਆ, ਉਹ ਵੀਜ਼ਾ ਪ੍ਰੋਵਾਈਡ ਕਰ ਰਿਹਾ, ਕੋਈ ਪ੍ਰੋਬਲਮ ਨਹੀਂ। ਮਾਰਕੀਟ 'ਚ ਬੈਠੇ ਆ ਇੱਦਾਂ ਦੇ ਏਜੰਟ। ਜ਼ਿਆਦਾਤਰ ਏਜੰਟ ਕੀ ਕਰਦੇ ਆ, ਉਹ ਵਰਕ ਪਰਮਿਟ ਦੇ ਨਾਂ ਦੇ ਉੱਤੇ ਠੱਗੀਆਂ ਦਾ ਕੰਮ ਹੋ ਰਿਹਾ, ਉਹਨਾਂ ਨੂੰ ਇਨੋਸੈਂਟ ਲੋਕ ਮਿਲ ਜਾਂਦੇ ਆ ਅਤੇ ਉਹ ਉਹਨਾਂ ਨੂੰ ਗੱਲਾਂ ਦੇ ਵਿੱਚ ਲੈ ਕੇ ਵਰਕ ਪਰਮਿਟ ਕੰਟਰੈਕਟ ਨੂੰ ਵਰਕ ਪਰਮਿਟ ਕਹਿ ਕੇ ਵੇਚ ਦਿੰਦੇ ਆ। ਅਤੇ ਕਲਾਇੰਟ ਦੇ ਮਨ ਦੇ ਵਿੱਚ ਉਹੀ ਚੀਜ਼ ਹੁੰਦਾ ਦਿਮਾਗ ਦੇ ਵਿੱਚ ਕਿ ਜੇ ਮੇਰਾ ਉੱਧਰੋਂ ਵਰਕ ਪਰਮਿਟ ਆ ਗਿਆ ਤਾਂ ਇਟ ਮੀਨਸ ਮੇਰਾ ਵੀਜ਼ਾ ਤਾਂ ਲੱਗਣਾ ਹੀ ਲੱਗਣਾ ਹੈ 100%, ਠੀਕ ਹੈ ਨਾ।
वर्क परमिट कॉन्ट्रैक्ट आने तो बाद भी तुहाडा वीज़ा रिजैक्ट हो जाता है। पर पोलैंड की रिजैक्शन रेशो का एक मेजर रीज़न ये भी है कि पोलैंड दे विच इक्की दुक्की कंपनी बहुत सारिया जिहड़ियां कई बंदियां ने कंपनियां जिहड़ियां रजिस्टर्ड करवाइया हुई ने, ठीक है, तो जिहड़ियां कि प्रॉपर वर्क नहीं कर रही, प्रॉपर उन्हां दा रैकर्ड नहीं हैगा, वह वर्क परमिट सिर्फ इशू कर देंदियां इंडियन एजेंटा के नाल रल के या किसी अदर कंट्री के एजेंटा के नाल रल के वर्क परमिट इशू कर देंदियां। एजेंट इंडिया तो या क्लाइंट को पैसे लेंदे आ, वो कुछ कंपनी नूं पे करते, कुछ एजेंट की जेब दे विच जांदे आ वर्क परमिट तो कॉन्ट्रैक्ट तो बाद। इन दी एंड तुहाडा वीज़ा जे नहीं जिते आ गया फिर तो एजेंट की बल्ले बल्ले कि हाँ जी एजेंट ने काम करवाता। अगर तुहाडा वीज़ा नहीं आया तो एजेंट ने यहो चीज़ कहनी होंदी है जी लास्ट डिसीजन तो जी अंबेसी का साडे वालों तो सारे डॉक्यूमेंट जिहड़े वह सही सीगे। तो इस स्कैम तो थोड़ा जा बच के रहो। और खास करके मैं कैंडीडेट्स नूं कहना चाहूँगा कि जो बंदा वर्क परमिट अप्लाई करन दी सोच रहा उन्हूं थोड़ा अपना माइंड सैट वधिया तरीके नाल रखना चाहिए, अपना दिमाग यूज़ करना चाहिए, इनफॉर्मेशन वध तो वध इकट्ठी करो। तुसीं जिहड़ी भी कंट्री जाना चाहुंदे आ, किसी भी कंट्री जाना चाहुंदे आ, गूगल दे उत्ते हर एक चीज़ मिलदी आ, ठीक है। और मेरे को मतलब कई बार गुस्सा भी आउंदा और हादसा भी आउंदा, एदा एदा दे मैसेज आउंदे आ कि भाई जी पोलैंड की करंसी की है, जां पोलैंड दे विच जिहड़ा हैगा वह शैन पोलैंड जिहड़ा हैगा वह शैनगन का पार्ट हैगा कि नहीं हैगा। कि मैं गुस्सा इस करके आउंदा कि ये कैंडीडेट्स इत्थे आउणा चाहुंदे आ बट इन्हां नूं जीरो नॉलेज आ, ठीक है। ये चीज़ां पुछण की जगह ते तुसीं खुद गूगल करके चैक कर सकते हैं कि ये चीज़ पोलैंड दे विच की हैगी है कि नहीं हैगी। ये चीज़ा जो बेसिक चीज़ा आ वो किसी भी कंट्री दियाँ तो पता होनी चाहिए, ना ही तुम उस कंट्री जाके सर्वाइव कर पाओगे। तो एजेंटा का काम है उन्होंने करते रहना, वो शुरू तो लैके हुण तक चल रहे और चलता रहना, उन्होंने इदा के लोग मिलते रहने। तो एक कैंडीडेट के हाथ के हैगा, कैंडीडेट को थोड़ा जा समार्ट होने की लोड़ है। ਤੁਸੀਂ ਇਸ ਸਕੈਮ ਤੋਂ ਅਗਰ ਬਚਣਾ ਚਾਹੁੰਦੇ ਹੋ ਥੋੜ੍ਹਾ ਆਪਣਾ ਦਿਮਾਗ ਯੂਜ਼ ਕਰੋ, ਇਨਫੋਰਮੇਸ਼ਨ ਪ੍ਰੋਪਰ ਗੂਗਲ ਦੇ ਉੱਤੇ ਮਿਲ ਜਾਂਦੀ ਹੈ, ਇਨਫੋਰਮੇਸ਼ਨ ਲਓ ਤਾਂ ਕਿ ਤੁਸੀਂ ਇਸ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕੋ। ਉਮੀਦ ਕਰਦਾ ਕਿ ਇਹ ਵੀਡੀਓ ਨੂੰ ਬਣਾਉਣ ਦਾ ਮੇਰਾ ਮੋਟਿਵ ਜਿਹੜਾ ਤੁਹਾਡੇ ਤੱਕ ਪਹੁੰਚ ਗਿਆ ਹੋਊਗਾ, ਮੇਰਾ ਜਿਹੜਾ ਮੈਸੇਜ ਜਿਹੜਾ ਆ ਉਹ ਤੁਹਾਨੂੰ ਮਿਲ ਗਿਆ ਹੋਊਗਾ ਔਰ ਤੁਸੀਂ ਇਸ ਚੀਜ਼ ਨੂੰ ਲੈ ਕੇ ਥੋੜ੍ਹਾ ਅਵੇਅਰ ਰਹੋਗੇ। ਅਤੇ ਜੇ ਇਹ ਵੀਡੀਓ ਚੰਗੀ ਲੱਗੀ, ਮੇਰੀ ਕੋਸ਼ਿਸ਼ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਵੀਡੀਓ ਨੂੰ ਲਾਈਕ ਕਰ ਦਿਓ। ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਥੈਂਕ ਯੂ।